ਬੰਦਿਆਂ ਨੂੰ ਤਾਂ ਦਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਦੇ ਪੁੱਛਿਆ ਵੀ ਭੈਣੇ ਰੋਟੀ ਖਾਧੀ ਕਿ ਨਹੀਂ ਖਾਧੀ ਸੂਟ 1100 ਰੁਪਈਆ ਮੇਰੇ ਵੱਲ ਨਹੀਂ ਜਿੱਦਣ ਵੋਟ ਪਾਉਣ ਆਉਣਗੇ ਸਟਾਂਪ ਭਰਾ ਲਓ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰ ਵਾਲਿਆਂ ਨੂੰ ਮੈਂ ਦਊਂ ਪਛੇਤੀ ਜੇ ਡੀਸੀ ਨੇ ਸਹਿਣ ਨਾ ਕੀਤੇ ਹੁਣ ਕਮਿਸ਼ਨ ਕੋਲ ਲੈ ਕੇ ਜਾਊਂ ਭਾਈ ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਇੱਕ ਹਾਂਜੀ ਚਾਹੇ ਕੂਤਰ ਦਿੰਦਾ ਪੈਸੇ ਚਾਹੇ ਮੈਂ ਦਿੰਦਾ ਪੈਸੇ ਠੀਕ ਆ ਸਟਾਂਪ ਭਰਾ ਲਓ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰ ਵਾਲਿਆਂ ਨੂੰ ਮੈਂ ਦਊਂ ਪਛੇਤੀ ਬੰਦਿਆਂ ਨੂੰ ਤਾਂ ਦਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਦੇ ਪੁੱਛਿਆ ਵੀ ਭੈਣੇ ਰੋਟੀ ਖਾਧੀ ਕਿ ਨਹੀਂ ਖਾਧੀ ਬੁੜੀਆਂ ਵਾਸਤੇ ਇੱਕ ਸੂਟ 1100 ਰੁਪਈਆ ਮੇਰੇ ਵੱਲ ਨਹੀਂ ਜਿੱਦਣ ਵੋਟ ਪਾਉਣ ਆਉਣਗੇ ਇੱਕ ਸ਼ੂਟ 1100 ਦਾ ਭੈਣੇ ਆਪਦੀ ਪਸੰਦ ਦੇ ਪਾ ਲੈਣਗੇ ਇੱਕ ਡਬਲ ਬੈਡ ਵਾਲਾ ਕੰਬਲ ਦਊਂਗਾ ਬਾਈ ਲਹਿੰਗੇ ਲੈ ਲੈਣ ਤੇ ਜਵਾਕਾਂ ਵਾਸਤੇ ਬਾਈ ਜੀ ਵਰਦੀ ਸਪੈਸ਼ਲ ਜਿਹੜੇ ਜਵਾਕ ਨਹਿਰ ਤੋਂ ਵਿਣਗੀ ਜਾਂਦੇ ਆ ਭਾਵਾਂ ਦੀ ਆਪਦੇ ਪੱਲਿਓ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਕਾਲੀ ਪਾਰਟੀ ਵੱਲ ਉੱਠੂਗਾ ਬਾਈ ਜੀ ਭਾਵਾਂ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਕੁੱਤਰ ਨੂੰ ਕਹਿੰਦੀ ਚਾਹ ਤੂੰ ਉੱਡੇਗਾ ਚਾਹੇ ਮੇਰੇ ਦਾ ਮੁੰਡਾ ਉੱਡੂਗਾ 8000 ਰੁਪਇਆ ਠੀਕ ਹੈ ਜੀ ਤਨਖਾਹ ਜੇ ਡੀਸੀ ਨੇ ਸਹਿਣ ਨਾ ਕੀਤੇ ਚੋਣ ਕਮਿਸ਼ਨ ਕੋਲ ਲੈ ਕੇ ਜਾਊਂਗਾ ਪਾਵਰ ਹੈ ਹੀ ਯਾਰ ਆਹ ਬੰਦੇ ਦਾ ਹੈਂਡੀਕੈਪਟ ਬੰਦਾ ਉੱਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਕੁੱਤਰ ਦਾ ਮੁੰਡਾ ਬਈ ਹਰਜੀਤ ਸਿੰਘ ਮੇਰਾ ਨਾਂ ਉਰਫ ਮੰਗਾ ਨਹਿਰ ਵਾਲਾਂ ਦੇ ਭਰਾਵਾਂ ਦੇ ਨਾਲ ਸੰਯੋਗ ਨਾਲ ਖੜਾ ਨਹਿਰ ਤੇ ਬਈ ਜਿਹੜੀ ਨਹਿਰ ਬਣ ਰਹੀ ਹੈ ਨਾ ਉਹ ਵਿਚਾਰਿਆਂ ਦਾ ਕੀ ਕਸੂਰ ਆ ਅੱਜ ਦੇ ਨਹੀਂ ਉਹ ਕਿੰਨੇ ਸਾਲਾਂ ਤੋਂ ਬੂਟਾ ਪਾ ਰਿਹਾ ਕਦੇ ਵੜਿੰਗ ਪਿੰਡ ਧਿਆਨ ਮਾਰ ਕੇ ਵੇਖਿਆ ਕਦੇ ਰਾਜੇ ਨੇ ਬਈ ਨਹਿਰ ਵਾਲਾਂ ਦਾ ਹੀ ਮੈਂ ਕੋਈ ਹੱਲ ਕਰਾਂ ਮੇਰਾ ਹੱਥ ਬੰਨ ਕੇ ਬੇਨਤੀ ਹੈ ਵੀਰੇ MP ਆ ਉਹ ਚਲੋ ਠੀਕ ਆ ਵੀ ਸਾਡਾ ਜ਼ਿਲ੍ਹਾ ਨਹੀਂ ਪੈਂਦਾ ਉਹਦੇ 'ਚ ਕੋਈ ਚੱਕਰ ਵਾਲੀ ਗੱਲ ਨਹੀਂ ਮੇਨ ਗੱਲ ਇਹ ਜਿਹੜੇ ਮੈਂ ਵਾਅਦੇ ਕੀਤੇ ਆ ਰਾਤ ਉਹਨਾਂ 'ਤੇ ਨਿਭੂੰਗਾ ਭਾਵੇਂ ਦੀ ਸਟਾਮ ਲੈ ਕੇ ਬਈ ਅੱਜ ਲਿਖ ਲਓ ਕੀ ਵਾਅਦੇ ਕੀ ਸੀ ਕੀ ਵਾਅਦੇ ਬਾਈ ਜੀ 1100 ਰੁਪਈਆ ਇੱਕ ਸ਼ੂਟ ਨਾਲ ਡਬਲ ਬੈੱਡ ਦਾ ਕੰਬਲ ਬੱਚਿਆਂ ਵਾਸਤੇ ਜਿਹੜੇ ਨਹਿਰ ਤੋਂ ਵਿਚਾਰੇ ਬੱਚੇ ਜਾਂਦੇ ਆ ਝਵੇਲ ਵਾਲੀ 2.5 ਕਿਲੋਮੀਟਰ ਵਾੜ ਪੈ ਜਾਂਦਾ ਸਕੂਲ ਅਤੇ ਬੱਚੇ ਅੱਧੇ ਰਹਿ ਜਾਂਦੇ ਅਤੇ ਕਿੱਟ ਇੰਨੀ ਭਾਰੀ ਹੁੰਦੀ ਆ ਉਹਨਾਂ ਨੂੰ ਮੈਂ ਸਪੈਸ਼ਲ ਆਪਦੇ ਵੱਲੋਂ ਭਾਵੇਂ ਦੀ ਵੈਨ ਦੇਵਾਂ ਅਤੇ ਭਾਵੇਂ ਦੀ ਕੋਈ ਗੱਡੀ ਕਢਾ ਕੇ ਦੇਵਾਂ ਅਤੇ ਤੀਜਾ ਨੰਬਰ ਬਾਈ ਜੀ ਮੇਰਾ ਇਹ ਆ ਨਹਿਰਾਂ ਵਾਲਿਆਂ ਨੂੰ ਮੈਂ 5-5 ਮਰਲੇ ਜਗ੍ਹਾ ਦਊਂਗਾ ਮੇਰੇ ਕੋਲ 12 ਮਰਲੇ ਆਪਦੇ ਸਪੇਸ ਜਗ੍ਹਾ ਪਈ ਆ ਜਿਹੜਾ ਘਰ ਕਹਿੰਦਾ ਆ ਕੇ ਲੈ ਲਏ ਅੱਜ ਹੀ ਆ ਜੇ ਹਰਾਮ ਦਾ ਹੋਵਾਂ ਜੇ ਮੈਂ ਵਾਅਦੇ ਤੋਂ ਮੁੱਕਰ